ਕਿੱਥੇ ਦਿਲਜੀਤ ਦੋਸਾਂਝ ਦੀ ਚਮਕੀਲਾ ਮੂਵੀ ਆਨ ਕਾਰਨ ਚੜਾਈ ਹੋਈ ਉੱਥੇ ਹੀ ਕਈਆਂ ਵੱਲੋਂ ਉਸਤੇ ਸਿੱਧੇ ਨਿਸ਼ਾਨੇ ਸਾਦੇ ਜਾ ਰਹੇ ਨੇ। ਸਾਹੀ ਵਿੱਚ ਨਸੀਬ ਨੇ ਦਿਲਜੀਤ ਦੋਸਾਂਝ ਦੀ ਚਮਕੀਲਾ ਮੂਵੀ ਬਾਰੇ ਕਾਫੀ ਕੁਝ ਕਿਹਾ। ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਪੱਗ ਬਨਨ ਦਾ ਸਿਰਫ ਢੋਂਗ ਕਰਦਾ ਹੈ। ਮੂਵੀ ਬਣਾਉਣ ਵੇਲੇ ਦਿਲਜੀਤ ਦੋਸਾਂਝ ਦੀ ਪੱਗ ਕਿੱਥੇ ਸੀ? ਦੇ ਸਨੇ ਕਟਿੰਗ ਦਾ ਸਹਾਰਾ ਲਿਆ ਕੀ ਇਹ ਹੀ ਅਸਲੀ ਪੰਜਾਬ ਹੈ ਜਾਂ ਫਿਰ ਇਹ ਪੱਗ ਨੂੰ ਸਿਰਫ ਫੇਮ ਲਈ ਯੂਜ਼ ਕਰਦਾ ਏ ਤਾਂ ਤੁਹਾਨੂੰ ਦੱਸ ਦਈਏ ਉੱਥੇ ਹੀ ਹਾਲ ਹੀ ਵਿੱਚ ਚਮਕੀਲਾ ਮੂਵੀ ਦੇ ਨਿਰਦੇਸ਼ਕ ਇਮਤੀਆਜ਼ ਅਲੀ ਨੇ ਦਿਲਜੀਤ ਦੋਸਾਂਜ ਬਾਰੇ ਕੁਝ ਖੁਲਾਸੇ ਕੀਤੇ ਨੇ ਉਹਨਾਂ ਦੇ ਵੱਲੋਂ ਆਫੀਸ਼ੀਅਲ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਗਿਆ ਕੇ ਦਲਜੀਤ ਦਸਾਂਝ ਨੇ ਕੋਈ ਆਪਣੇ ਕੇਸ ਨਹੀਂ ਕਟਾਏ ਉਸ ਵੱਲੋਂ ਵਿਗ ਦਾ ਯੂਜ਼ ਕੀਤਾ ਜਾਂਦਾ ਸੀ ਅਤੇ ਇਹ ਚੀਜ਼ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਦਲਜੀਤ ਦਸਾਂਝ ਦਾ ਸਿਰ ਅਕਸਰ ਉੱਚਾ ਜਿਹਾਂ ਨਜ਼ਰ ਆਉਂਦਾ ਹੈ ਤੇ ਉਸਦੇ ਵਾਲ ਵੀ ਰੀਅਲ ਨਹੀਂ ਜਾਪਦੇ ਇਮਤੀਆਜ਼ ਵੱਲੋਂ ਕਿਹਾ ਗਿਆ ਕਿ ਦਿਲਜੀਤ ਆਪਣੇ ਕੇਸਾਂ ਦੀ ਪੂਰੀ ਕਦਰ ਕਰਦਾ ਹੈ ਅਤੇ ਉਸਨੇ ਕੈਰੈਕਟਰ ਵੀ ਬਖੂਬੀ ਨਿਭਾਉਣਾ ਸੀ ਅਤੇ ਚਮਕੀਲੇ ਵਾਂਗ ਸਿਮਿਲਰ ਦਿਖਣ ਦੇ ਲਈ ਉਸ ਵੱਲੋਂ ਵਿਗਦਾ ਯੂਜ਼ ਕੀਤਾ ਗਿਆ ਬਾਕੀ ਤੁਸੀਂ ਇਮਤੀਆਜ਼ ਅਲੀ ਦੀ ਉਹ ਕਲਿੱਪ ਸਕਰੀਨ ਤੇ ਚੱਲਦੀ ਵੇਖ ਸਕਦੇ ਹੋ